ਅਸੀਂ ਜਨਾਬ ਵਿਜ਼ਿਟ ਕਰ ਰਹੇ ਹਾਂ ਜਨਾਬ ਤਾਂਦਲਾ ਮੰਡੀ ਦਾ, ਅਤੇ ਤਾਂਦਲਾ ਮੰਡੀ ਦੇ ਵਿੱਚ ਅਸੀਂ ਤੁਹਾਨੂੰ ਜਾਨਵਰ ਦਿਖਾਵਾਂਗੇ। ਇਹ ਪਹਿਲਾ ਘੋੜਾ ਮੈਨੂੰ ਦਿਸਿਆ ਜੇ, ਜਿਹਦੇ ਮੇਢੀਆਂ ਹੋਈਆਂ। ਇਹ ਵੇਖੋ ਮਾਸ਼ਾਅੱਲਾ, ਇਹ ਚਿਹਰੇ ਦੇ ਉੱਤੇ ਇਹ ਵੇਖੋ ਤੁਸੀਂ ਗੁੱਤਾਂ ਹੋਈਆਂ ਹੋਈਆਂ ਨੇ, ਮੇਢੀਆਂ ਹੋਈਆਂ ਨੇ, ਕਿਸੇ ਸ਼ੌਕ ਵਾਲੇ ਬੰਦੇ ਨੇ। ਮੈਂ ਆਖਿਆ ਆਹ ਪਹਿਲਾ ਘੋੜਾ ਮੈਂ ਵੇਖਿਆ ਜਿਹਦੇ ਮੇਢੀਆਂ ਹੋਈਆਂ ਹੋਈਆਂ। ਹੈ ਮੈਂ ਉਹ ਹੀ ਵੇਖਦਾ ਮੈਂ ਕਿੱਡੀ ਮਿਹਨਤ ਹੋਈ ਹੈ, ਅਤੇ ਪਿਆਰ ਵਾਲੇ ਡੰਗਰ ਦੇ ਉੱਤੇ ਇੰਨਾ ਪਿਆਰ ਹੁੰਦਾ। ਲਓ ਜੀ ਮਾਸ਼ਾਅੱਲਾ, ਤੁਸੀਂ ਵੇਖਿਆ ਹੋਵੇਗਾ, ਮੈਂ ਤਾਂ ਪਹਿਲੀ ਦਫ਼ਾ ਦੇਖਿਆ ਜੇ ਮੰਡੀ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਇਹ ਮੇਢੀਆਂ ਕੀਤੀਆਂ ਹੋਈਆਂ ਨੇ ਘੋੜੇ ਦੇ। ਮਾਸ਼ਾਅੱਲਾ, ਲਓ ਜੀ ਪਿਆਰ ਵਾਲਾ ਘੋੜਾ ਲੱਗਦਾ, ਆਖਿਰ ਕਿਸੇ ਨੇ ਕੀਤੀਆਂ ਨੇ ਤਾਂ ਉਹਨੂੰ ਕਿੰਨਾ ਇਹਦੇ ਨਾਲ ਪਿਆਰ ਹੋਣਾ ਘੋੜੇ ਨਾਲ। ਅਤੇ ਲਓ ਜਨਾਬ ਅਸੀਂ ਵਿਜ਼ਿਟ ਕਰ ਰਹੇ ਹਾਂ ਜਨਾਬ ਤਾਂਦਲਾ ਮੰਡੀ, ਅਤੇ ਅਸੀਂ ਗੱਲਬਾਤ ਕਰਾਉਣੇ ਹਾਂ ਜ਼ਰਾ ਭਾਈ ਹੋਰਾਂ ਨਾਲ। ਅਸਲਾਮ ਵਾਲੇਕੁਮ ਜੀ। ਵੀਰ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ। ਹਾਂਜੀ ਹਾਂਜੀ ਸਾਹਿਬ, ਇਹ ਜ਼ਰਾ ਦੱਸਿਆ ਜੇ ਕਿ ਇਹਦਾ ਥੋੜ੍ਹਾ ਜਿਹਾ ਇਹਦੀ ਉਮਰ ਕਿੰਨੀ ਆ ਘੋੜੇ ਦੀ ਹੋ ਗਈ? ਸ਼ੁਰੂ 5 ਸਾਲ। ਸ਼ੁਰੂ 5 ਸਾਲ, ਅਤੇ ਇਹਦੇ ਕਿੰਨੇ ਪੈਸੇ ਕਰ ਲਿਆ ਜੇ? ਇਹ ਨੇਜ਼ਾਬਾਜ਼ੀ ਵਾਸਤੇ ਨੇਜ਼ਾਬਾਜ਼ ਘੋੜਾ। ਲਓ ਜੀ ਨੇਜ਼ਾਬਾਜ਼ ਘੋੜਾ ਜੀ 2.5 ਲੱਖ ਰੁਪਏ ਮੰਗਦੇ ਨੇ, ਅਤੇ 5 ਸਾਲ ਇਹਦੀ ਉਮਰ ਹੋ ਗਈ ਸ਼ੁਰੂ, ਅਤੇ ਇਹਦੀ ਆ ਜੀ ਸਾਹਿਬ ਇਹਦੀ 7 ਸਾਲ। ਸੋਨ ਵਾਲੀ ਤਾਂ ਨਹੀਂ ਹੈ? ਸੋਨ ਵਾਲੀ ਤਾਂ ਨਹੀਂ ਹੈ? ਅੱਛਾ, ਅਤੇ ਇਹਦੇ ਕਿੰਨੇ ਪੈਸੇ ਮੰਗਦੇ ਜੀ? 2 ਲੱਖ ਰੁਪਏ ਇਹਦਾ ਵੀ? 2? ਅੱਛਾ, ਇਹਦਾ 1.5 ਲੱਖ ਰੁਪਈਆ, ਇਹਦਾ 2 ਲੱਖ। ਇਹ ਘੋੜਾ? ਘੋੜੀ ਹੈ। ਇਹ ਵੀ ਮੈਨੂੰ ਢਿੱਡ ਛੱਡਿਆ ਲੱਗਦਾ। ਹਾਂ, ਇਹ ਮਿਕਸ ਬਰੀਡ ਹੈਗੀ। ਠੀਕ ਹੈ ਅੱਜ ਸਾਹਿਬ, ਨੰਬਰ ਦਰ ਦੱਸੋ ਉਹਦਾ। ਜੀ ਹਾਂਜੀ, 259, ਅਤੇ ਆਪਣਾ ਪਿੱਛੋਂ ਐਡਰੈਸ? ਭਾਜੀ ਯਾਸੀਨ ਬਲੋਚ, ਚੰਗ ਮੋਚੀ ਵਾਲਾ, 151। ਲਓ ਜੀ ਮਾਸ਼ਾਅੱਲਾ, ਅੱਜ ਸਾਹਿਬ ਦੇ ਤੁਹਾਨੂੰ ਜਾਨਵਰ ਦਿਖਾਏ ਨੇ। ਇਹ ਘੋੜੇ ਦੀ ਤੁਹਾਨੂੰ ਕੀਮਤ ਸੀ ਇਨਸ਼ਾਅੱਲਾ ਤਾਲਾ ਦੱਸ ਦਿੱਤੀ ਹੈ, ਉਸ ਤੋਂ ਬਾਅਦ ਇਹ 1.5 ਲੱਖ ਰੁਪਇਆ ਇਸ ਘੋੜੀ ਦੀ ਕੀਮਤ ਦੱਸ ਦਿੱਤੀ, ਉਸ ਤੋਂ ਬਾਅਦ ਉਹ ਘੋੜਾ ਜਿਹੜਾ 2.5 ਲੱਖ ਰੁਪਇਆ ਜਿਹਦੇ ਮੇਢੀਆਂ ਹੋਈਆਂ ਹੋਈਆਂ ਨੇ ਘੋੜੇ ਦੀਆਂ, ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜਨਾਬ। ਇਹ ਅਤੇ ਨੰਬਰ ਵੀ ਆ ਗਿਆ ਜਨਾਬ, ਐਡਰੈਸ ਵੀ ਉਹਨਾਂ ਦੇ ਪਿੰਡ ਦਾ ਆ ਗਿਆ ਜੇ। ਅਤੇ ਜੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨੀ ਹੈ ਜੀ, ਅਤੇ ਇਨਸ਼ਾਅੱਲਾ ਤਾਲਾ ਵੀਡੀਓ ਦੇ ਵਿੱਚ ਫਿਰ ਜਨਾਬ ਮੁਲਾਕਾਤ ਹੋਵੇਗੀ ਤੁਹਾਡੇ ਨਾਲ। ਅਤੇ ਜਾਨਵਰ ਲੈਣਾ ਹੋਵੇ ਸ਼ੌਕ ਵਾਸਤੇ ਜਾਂ ਕਿਸੇ ਕੰਮ ਵਾਸਤੇ, ਆਹ ਵੇਖੋ ਸਾਡੇ ਜਿਹੜੇ ਦੋਸਤ ਨੇ, ਸਾਡੇ ਭਰਾ ਨੇ, ਸ਼ੌਕ ਰੱਖਦੇ ਨੇ, ਉਹ ਮੰਡੀ ਦੇ ਵਿੱਚ ਆ ਕੇ ਜਨਾਬ ਜਾਨਵਰ ਦੇਖ ਵੀ ਰਹੇ ਨੇ, ਚੈੱਕ ਵੀ ਕਰ ਰਹੇ ਨੇ, ਅਤੇ ਮਾਸ਼ਾਅੱਲਾ ਸਾਰੇ ਖਰੀਦਦਾਰ ਹੀ ਹੈਗੇ ਨੇ। ਜੇਕਰ ਤੁਸੀਂ ਵੀ ਵਿਜ਼ਿਟ ਕਰਨਾ ਚਾਹੁੰਦੇ ਜੀ ਤਾਂ ਮੰਡੀ ਦਾ ਵਿਜ਼ਿਟ ਕਰੋ, ਅਤੇ ਅੱਛੇ ਜਾਨਵਰ ਜਨਾਬ ਸ਼ੌਕ ਵਾਸਤੇ ਰੱਖਣ ਵਾਸਤੇ ਆਪਣਾ ਜਿਹੜਾ ਨਾ ਤੁਸੀਂ ਕਰ ਸਕਦੇ ਜੇ, ਅਤੇ ਮਾਸ਼ਾਅੱਲਾ ਸਾਡੀ ਖਿਦਮਾਤ ਜਿਹੜੀ ਹੈ ਅੱਜ ਸਾਹਿਬ ਦੀ ਖਿਦਮਾਤ ਤੁਹਾਡੇ ਸਾਹਮਣੇ ਇਨਸ਼ਾਅੱਲਾ ਹੋਵੇਗੀ। ਇਜਾਜ਼ਤ ਦਿਓ ਜੀ, ਅੱਲਾ ਹਾਫਿਜ਼।